ਮੁੱਦਾ ਬਹੁਤ ਪਿਛਲੇ ਲੰਬੇ ਸਮੇਂ ਤੋਂ ਲੜ ਰਿਹਾ ਸੀ, ਪਰ ਪਿਛਲੇ 2 ਸਾਲ ਤੋਂ ਇਹਨਾਂ ਨੇ ਨੋਟੀਫਿਕੇਸ਼ਨ ਜਾਰੀ ਕਰਤਾ, ਉਹਨੂੰ ਇੰਪਲੀਮੈਂਟ ਕਰਾਉਣ ਦੇ ਲਈ ਅੱਜ ਸੂਬਾ ਪੱਧਰੀ ਲੈ ਕੇ ਜਿਹੜੀ ਸਰਮੌਰ ਜਥੇਬੰਦੀਆਂ ਨੇ ਜਿਹੜੀਆਂ ਇਸ ਟਾਈਮ ਪੁਰਾਣੀ ਪੈਨਸ਼ਨ ਦੇ ਮੁੱਦੇ 'ਤੇ ਲੜ ਰਹੀਆਂ ਨੇ, ਉਹਨਾਂ ਨੇ ਇਕੱਠਿਆਂ ਹੋ ਕੇ ਇੱਥੇ ਸੰਗਰੂਰ ਵਿਖੇ ਉਲੀਕੀ ਸੀ। ਭਰਵਾਂ ਇਕੱਠ ਆ ਜਿਹੜਾ ਪੰਜਾਬ ਦੇ ਸਾਰੇ ਮੁਲਾਜ਼ਮਾਂ ਦਾ ਇੱਥੇ ਹੋਇਆ, ਅਤੇ ਇਸ ਮੰਗ ਨੂੰ ਲੈ ਕੇ ਹੁਣ ਆਉਣ ਵਾਲੇ ਕੁਝ ਸਮੇਂ ਦੇ ਵਿੱਚ ਤੁਹਾਨੂੰ ਤਿੱਖੇ ਜਿਹੜੇ ਐਕਸ਼ਨ ਨੇ ਉਹ ਦਿਖਾਈ ਦੇਣਗੇ ਜੀ, ਜਦ ਤੱਕ ਸਾਡੀ ਇਹ ਪਾਣੀ ਪੈਨਸ਼ਨ ਦੀ ਮੰਗ ਆ ਜਿਹੜੀ ਲਾਗੂ ਨਹੀਂ ਕੀਤੀ।